असां भी आखिया असां ये मुर्गियां गछनियां कुछ है ते नहीं पता है चोरी करने नो असां आखिया कोई जंगली जानवर खाने वो तू सब पकड़ने असां ये मुर्गियां हां असां की माफ करी जो अल्लाह ने वास्ता ने पापा जैसली बेरोजगारी बहुत ज्यादा है कम को आज छा गुनी ती एक खल्ला कम लबा करन दियो सा किया अस्सलाम वालेकुम क्या मसला अच्छा को जी चलो जे तुसे जोर पी मसी बुला गल सुनो जे अगर मैं वेले ना 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 पहुंचा ये ग्रां ने लोग तुसा की कुट्टी कुट्टी करना ते तुसा ने पिंजर लाई जाना नाल इतने किस तरह पहुंचे तो कमीशन नहीं कि नहीं नाले जड़ी साड़ी पुलिस है ना पाकिस्तानी वो हमेशा मरदा सुबह दी बोलती सही आ गया हां जड़ी असली होनी हां तू तो ऐसा ना पार्टनर है ना वो असली फिर दसनी है कि मैं असली हां असली हां अलग गल सुनो ये दसो कि कितनी कुकड़ियां कटियां हुई हैं हुन तक ए होई कि मुर्गियां पैसे काट देना ये किसी और की देनी नवा बंदा एक असा ताड़िया बड़े ज्यादा पैसे देना सच्ची बस दुआ करो जी ये फुल हो ले गया ना मैं फिर पूरे इलाके की खिदमत कर सा ये जो जराइम है ना जराइम आखिया भी जी कोई एक अद्धी कुकड़ी कोड़ी के रखी गई आपू खासा पीछा रोस्ट करी गए मसाले मसूले लाई गए सारी मच्छी के बेची के आ रहे सारी बेची के आ रहे तू ये नहीं सुनिया कि मिस्त्री जड़े होने ना उन्होंने दोबारा हमेशा टठियां होनी तेनु नजर बार बटे ओ मी तो नहीं आखे ते चोर भूखे मरने होने चोर ना मी की तू आखे उन जैसा चोरियां करने तुम मत चोर तन काली जी भूरी जी जड़ी कुकड़ी सी बीमार जी ओंदे रखी गने शाम बड़ा रोस्ट करी के खाना मारने ਕੁਰਨੇ ਬਸਨ ਜਿਲਾ ਅਸਾਂ ਵੀ ਪਕੜਿਆ ਇੱਕ ਵੀ ਲੰਗੜਾ ਜੀ ਅਸੀਂ ਆ ਉਹਦੇ ਛੜੇ ਪਿੱਛੇ ਲਗਾ ਤੇ ਇਸ ਤਰ੍ਹਾਂ ਨਸਿਆ ਜਿਸ ਤਰ੍ਹਾਂ ਬਿੱਲੀ ਕੁੱਤੇ ਕੋਲ ਨਸਨੀ ਸਹੀ ਗੱਲ ਉਹ ਜੇ ਦੂਆ ਬੂਸਰ ਜੈਸਾ ਬੂਸਰ ਨਹੀਂ ਹੋ ਜੇ ਖੁਸ਼ਰੇ ਦੇ ਬਾਲਾ ਲਾ ਚੱਲ ਮੇਰੇ ਬਾਲ ਹਾਂ ਹੋਲਾ ਉਸ ਤੱਕ ਤੱਕਣਾ ਮੈਂ ਸਮੇਂ ਖੁਸ਼ਰਾ ਟੈਪੀ ਉਹ ਨਹੀਂ ਪਤਾ ਤੂੰ ਗਲਤ ਨਹੀਂ ਕੀ ਪੋੜਿਆ ਹਾਂ ਮੈਂ ਕਿਤੇ ਨਾ ਕੀ ਆਖਣਾ ਐ ਅੱਖ ਥੱਲੇ ਖਾਣੇ ਖਾਂਦਰ ਕਰ ਓਏ ਮੈਂ ਕਾ ਗੱਲਾ ਛੋੜ ਛੇ ਤੇ ਖਾਂਦਰ ਕਹਿ ਛੱਡਣਾ ਵੈਸੇ ਤੂੰ ਵੀ ਗੱਲ ਸਹੀ ਆ ਫਿਰ ਕੀ ਦੀ ਹੈ ਇਹ ਕਿਸ ਕੰਮ ਨੂੰ ਸਹੀ ਗੱਲ ਹੈ ਯਾਰ ਜੀਬ ਗੱਲ ਛੁਪਰੇ ਬੂਸਾ ਮਾਰਾ ਆਪੂ ਜੀ ਕਿ ਉਸ ਗਿੱਚੀ ਨੇ ਮਰੋੜੀ ਨੇ ਉਸ ਬੂਸਾ ਜੇ ਅੱਛਾ ਮਿਗ ਮਾਰੂ ਲਾਸ ਮਾਰਾ ਸਾ ਰੁਕੀ ਕਾ ਸਾ ਚੰਗਾ ਵਾ ਕਿ ਅਸਾਂ ਨੂੰ ਪਾਰਟਨਰ ਬੰਦਾ ਪਹੁੰਚੀ ਆਇਆ ਇਹ ਬਹੁਤ ਅਸੀ ਗੱਲ ਹੈ ਉਸ ਸ਼ਾਮੀ ਕੋ ਦੇ ਮਿਲੀਏ ਉਸਨਾ ਸ਼ੁਕਰੀਆ ਕਰੀ ਦਾ ਕਰੀ ਆ ਸਹੀ ਗੱਲ ਨਹੀਂ ਨਾ ਇਹ ਤੇ ਮਾਰੇ ਗਏ ਸੀ ਆਸਾਂ ਨਾ ਇਹਦਾ ਖਿਆਲ ਰੱਖੀ ਬੇਫਿਕਰ ਜਿੱਦਾਂ ਮੈਂ ਆਖਦਾ ਜਿਹੜੀ ਕੁਕੜੀ ਪਕੜੋ ਉਹ ਪਕੜਨੀ ਜਿਹੜੀ ਮੈਂ ਆਖਦਾ ਨਾ ਪਕੜੋ ਨਾ ਪਕੜੀ
ਕੁਕੜੀਆਂ ਨੇ ਵਿੱਚ ਹੀ ਬੜੀ ਫੱਫਾ ਕੁੱਟਣੀਆਂ ਨੇ ਮੈਂ ਸਮਝ ਨਹੀਂ ਕਿਸੇ ਨੂੰ ਪਕੜਨ ਦਾ ਆਇਆ ਮੈਂ ਕਿਤੇ ਕੁਕੜੀਆਂ ਬਹੁਤ ਜਾਣਦੀਆਂ ਨੇ ਕੀ ਹੋ ਗਿਆ ਅੰਡੇ ਚੋਰੀ ਕਰਨ ਰਿਹਾ ਓਏ ਆਰਾਮ ਨਾ ਮੇਰਾ ਬਸ ਇੰਦਾ ਤੂੰ ਜਿਹੜੇ ਕੰਮ ਆਖਸੇ ਨਾ ਮੈਂ ਉਹ ਕਰ ਤੂੰ ਮੇਰੇ ਸਿਰਾ ਇਸ਼ਾਰਾ ਕਰਾ ਕਰ ਇਸਕੀ ਪਕੜਨਾ ਇਸਕੀ ਨਹੀਂ ਪਕੜਨਾ ਪਰ ਤੂੰ ਇਸ਼ਾਰਾ ਕੀਤਾ ਸੀ ਨਹੀਂ ਇਸ਼ਾਰਾ ਕੀਤਾ ਸੀ ਦੋ ਬਤਕਾਂ ਪਕੜੀ ਕੇ ਨਹੀਂ ਆਇਆ ਮੈਂ ਆਹਾਂ ਉਦੋਂ ਤੂੰ ਇਸ਼ਾਰਾ ਕੀਤਾ ਨਾ ਇਸ਼ਾਰਾ ਕਰ ਇਸ਼ਾਰਾ ਕਰ ਤੂੰ ਹੱਥ ਆਪਣਾ ਸਿੱਧਾ ਕਰਾ ਕਰ ਤੂੰ ਹੀ ਦੇਖਣਾ ਇਧਰ ਨੇ ਉਂਗਲੀ ਹੀ ਕਿੰਨੀ ਹੋਣੀ ਨਾ ਕੀ ਹੋਇਆ ਮਹਿਮਾਨ ਨਹੀਂ ਆਏ ਇਹ ਆ ਗਏ ਅਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਹੋ ਕੀ ਹਾਲ ਹੈ पता चली गया अल्लाह खैर करे अज सुबह दी निशा पेशनिया ते का भी सुबह पे बोलना सा बनेरे ते दाना कोई मेहमान पेशना अस्सलाम वालेकुम चाचा जी ओए वालेकुम अस्सलाम मरा पत्रिया आया है चाचा जी ओ गात सुनना कुदर के है चाचा जी ओ गात रुके ना ਕਿਹੜੇ ਆ ਗਿਆ ਸਾਰੇ ਮਿੱਟੀ ਬੱਚਾ ਸਮਝਨੇ ਪਏ ਨਹੀਂ ਜਾਂ ਕੋਈ ਹੋਰ ਗੱਲ ਹੈ ਪੂਰੀ ਗੱਠੜੀ ਮਚਾਈ ਸੀ ਹਲਾ ਪੂਰਾ ਸਾਜੋ ਸਮਾਨ ਨਾਲ ਦੇਖਦਾ ਹਾਂ ਇੱਕ ਗੱਡੀ ਸੋਹਣੀ ਕੋਰੀ ਜੀ ਹੈ ਚਿੱਟੀ ਸਫੇਦ ਅੱਛਾ ਐਂ ਯਰਮ ਕਰੀ ਕੇ ਮਾਰੇ ਕੋਲ ਬਿਠਾਈ ਅੱਛਾ ਉਹ ਮਿੱਟੀ ਲੱਗਣਾ ਗੁਲਸ਼ ਨੇ ਬਾਹਰ ਵੀ ਜਸਦੀ ਸੀ ਆ ਇਹਨਾਂ ਬਸ ਅੱਜ ਕੱਲ ਪਤੀ ਕੋਲ ਰੋਕ ਲੈ ਕਿ ਸਾਹ ਤੂੰ ਬਾਸੀ ਦੀ ਗੱਡੀ ਆਈ ਆਏ ਹਸਤਾ ਬਈ ਅੱਛਾ ਠੀਕ ਹੈ ਆਏ ਹਸਤੇ ਬਈ ਆਏ ਹਸਤਾ ਯਾਤੀ ਚਾਚਾ ਜੀ ਮਾਰੇ ਅੱਬਾ ਨੇ ਤੁਸਾਂ ਨੇ ਤੁਸਾਂ ਫੇਰੀ ਲਈ ਸੋ ਦੋਏ ਭਰਾ ਕੋ ਸੀ ਗੱਪਾਂ ਨਾਲੇ ਚਾਹੀਏ ਆਸਤਾ ਮਾਰਨਾ ਮਖੋਲ ਦੀ ਆਦਤ ਵਾਲੀ ਨਹੀਂ ਕੀ ਫਿਰ ਮੈਂ ਆਈਡੀਆ ਸੋਚਿਆ ਹਾਂ ਮੈਂ ਕਿਹਾ ਮੈਂ ਜਿੰਨਾ ਬਾਹਰ ਉੱਤੇ ਸੀ ਵਿੱਚ ਇਹ ਤਾਂ ਗੱਲ ਹੈ ਆਈਡੀਆ ਸੋਚਿਆ ਇੱਕ ਆਈ ਹੈ ਗੱਡੀ ਅੱਛਾ ਮੈਂ ਉਸਨੇ ਗੱਠੜੀ ਨਾਲ ਰੱਖੀ ਕਰਾ ਸੜਕਾਂ ਵਿੱਚ ਨਮਾ ਪਈ ਰਿਆ ਅੱਛਾ ਜਿਸ ਡੈਡ ਬਾਡੀ ਨਹੀਂ ਹੋਣੀ ਅੱਛਾ ਤੁਸੀਂ ਕਿਹਾ ਪਤਾ ਡੈਡ ਬਾਡੀ ਅੱਛਾ ਮੈਂ ਪਈ ਹੋਣੀ ਮੈਂ ਹਾਂ ਮੁਰਦਾ 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 ਪਿਆ ਇਸ ਤਰ੍ਹਾਂ ਦੇ ਨਮਾ ਪਈ ਰਿਆ ਅੱਛਾ ਫਿਰ ਚੇਰਨ ਮਾਰੀ ਕੋਲ ਸੀ ਗੱਡੀ ਮਾਰੀ ਬ੍ਰੇਕ ਥੱਲੇ ਲੱਥਾ ਤੇ ਮਾਰੀ ਅੱਛੇ ਸੀਨੇ ਨੂੰ ਸਿਰ ਲਾਇਆ ਮੁਰਦੀ ਆਤੇ ਚੀਣਾ ਹੀ ਹੈ ਮੈਂ ਕਹਿੰਦਾ ਚੀਣਾ ਹੀ ਹੈ ਨਾ ਮੈਂ ਓ ਸੋਰੀ ਸੋਰੀ ਮੈਂ ਕਹਿੰਦਾ ਜੀਣਾ ਹੀ ਹੈ ਨਾ ਕਹਿੰਦਾ ਉਹ ਇੱਕ ਤਰ੍ਹਾਂ ਤਰੀਕਾ ਹੈ ਬਸ ਫੈਰੀ ਨਾ ਮੈਂ ਖੱਤਾ ਤੂੰ ਗੱਡੀ ਨਹੀਂ ਪੈ ਰੋਕਣਾ ਤਾਂ ਪੁੱਛਿਆ ਗਿਆ ਸੋ ਮੈਂ ਤਾਂ ਫੁੰਮਣੀ ਗਾਣਾ ਹਾਂ ਉਸकी ਫਿਰ ਉਹ ਮੈਂ ਕਿ ਨਹੀਂ ਆਇਆ ਤੇ ਬਾਲਾ ਨਹੀਂ ਦੱਸੇ ਕਿ ਚਾਚਾ ਬਸ਼ੀਰ ਕੋ ਜਿਹਨਾਂ ਪੂਰਾ ਗ੍ਰਾਂ ਜਾਣਨਾ ਮੈਂ ਦੱਸਿਆ ਨਾ ਮੈਂ ਕਿ ਚਾਚਾ ਬਸ਼ੀਰ ਕੋ ਜਿਹਨੇ ਅੱਛਾ ਪਹਿਲਾਂ ਉਹ ਕਹਾਂ ਜਿਹੜਾ ਸ਼ੇਵਾ ਕਰਨਾ ਮੈਂ ਕਿ ਉਹ ਖੈਰ ਚਾਚਾ ਜੀ ਕੋਈ ਸੀ ਕਰਨੀ ਮੈਂ ਕਹਿੰਦੀ ਉਹ ਨਹੀਂ ਉਸ ਦੇ ਨਾਲ ਜਿਹੜਾ ਅਗਲਾ ਘਰ ਨਾ ਉਹ ਹੋਵੇ ਚਾਚਾ ਬਸ਼ੀਰ ਮੈਂ ਤਾਂ ਚੰਗਾ ਭਲਾ ਰਾਜਾ ਨਾ ਮੈਂ ਕਿਹਾ ਜੀ ਜੀ ਅੱਲਾ ਗੱਲ ਸੁਣ ਖੈਰ ਜੀ ਕਿਨਾ ਇਹ ਇਸ ਤਰ੍ਹਾਂ ਦਾ मैं थोड़ा सा कोई मास्टर ने उसने बनवास करना बड़ी भूख लगी है काफी टूरी का आए हैं मैं थोड़ा सा खाना ठीक है बैठ अरे अल्लाह है अरे ओ चाचा जी ओ चाचा जी ओ चाचा जी ओ हुन कठुआ ले रही ओ चाचा जी ओए ओ मारी जेब कटी गई जी जेब कुतर गई है जी कितने पैसे से लिए बेटा पैसे तो कख नहीं सुन तो फिर परेशान किस चीज है जेब तो कटी है ना जेब तो कटी की उसने ठीक वो दर्जी ने कपड़े ने काट सी अच्छा अच्छा